ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਾਰੇ ਹੀ ਵੱਡਿਆਂ ਭਾਗਾਂ ਵਾਲੇ ਆਪ ਜੀ ਦੇ ਇਸ ਪਾਵਨ ਸਥਾਨ ਦੇ ਉੱਪਰ ਹਾਜ਼ਰੀ ਭਰ ਕੇ ਗੁਰੂ ਦੀ ਬਖਸ਼ਿਸ਼ ਕਿਰਪਾ ਰਹਿਮਤ ਦੇ ਨਾਲ ਆਪਾਂ ਰਲ ਮਿਲ ਕਰਕੇ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਆਪ ਜੀ ਇਸ ਮਹਾਨ ਜਰਨੈਲ ਯੋਧੇ ਸੂਰਬੀਰ ਦੀ ਬਰਸੀ ਮਨਾਉਂਦੇ ਹੋ। ਜਿਵੇਂ ਸਟੇਜ ਸਕੱਤਰ ਸਾਹਿਬ ਨੇ ਉਚਾਰਨ ਕੀਤਾ ਤੁਹਾਡੇ ਨਾਲ ਬੇਨਤੀ ਰੂਪ ਦੇ ਵਿੱਚ ਕਿ ਭੇਟ ਹੋਈ ਅਤੇ ਜਦੋਂ ਮੇਰੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਤਾਂ ਮੈਂ ਆਖਿਆ ਮੇਰਾ ਕੰਮ ਹੀ ਮੈਂ ਗੁਰੂ ਘਰ ਦਾ ਕੂਕਰ ਹਾਂ ਅਤੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਾਂਗਾ ਜੇ ਸੰਗਤਾਂ ਦੇ ਜੋੜੇ ਝਾੜਨ ਦਾ ਸਮਾਂ ਅਵਸਰ ਮਿਲੇਗਾ। ਆਓ ਦੋ ਕੁ ਮਿੰਟ ਦੇ ਵਿੱਚ ਵਿਚਾਰੇ ਆਪਾਂ, ਕਿਉਂਕਿ ਸਮਾਂ ਬਹੁਤ ਥੋੜ੍ਹਾ ਏ ਅਤੇ ਵਿਚਾਰ ਬਹੁਤ ਜ਼ਿਆਦਾ ਨੇ, ਜੀਵਨ ਬਹੁਤ ਵੱਡਾ ਏ, ਬੜਾ ਵਿਸਥਾਰ ਵਾਲਾ ਮਹਾਰਾਜਾ ਰਣਜੀਤ ਸਿੰਘ ਜੀ ਦਾ। ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਕਿਹੜੀਆਂ ਕਿਹੜੀਆਂ ਸਿੱਖਿਆਵਾਂ ਸਿੱਖਣ ਵਾਸਤੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੇ ਲਈ ਮਿਲਦੀਆਂ ਨੇ, ਆਪਾਂ ਯਤਨ ਕਰਾਂਗੇ ਰਲ ਮਿਲ ਕਰਕੇ ਵਿਚਾਰਨ ਦਾ। ਪਰ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਜਿੱਥੇ ਤਨ ਕਰਕੇ ਹਾਜ਼ਰ ਹੋ ਉੱਥੇ ਮਨ ਕਰਕੇ ਵੀ ਹਾਜ਼ਰੀਆਂ ਲਵਾਓ ਅਤੇ ਸਾਰੀ ਸੰਗਤ ਦੋ ਕੁ ਮਿੰਟ ਵਾਸਤੇ ਇਸ ਪਾਵਨ ਬਚਨ ਦਾ ਉਚਾਰਨ ਕਰਕੇ ਰਲ ਮਿਲ ਕਰਕੇ ਆਪਾਂ ਇੱਕ ਸੁਰਤ ਅਤੇ ਸ਼ਬਦ ਦਾ ਮੇਲ ਮਿਲਾਪ ਕਰਨ ਦਾ ਯਤਨ ਕਰੀਏ। ਦੋ ਕੁ ਮਿੰਟ ਵਾਸਤੇ ਸਾਰੇ ਰਲ ਮਿਲ ਕੇ ਹਾਜ਼ਰੀਆਂ ਲਵਾਓ, ਤਨ ਮਨ ਬਿਰਤੀਆਂ ਇਕਾਗਰ ਕਰਦੇ ਹੋਏ। ਪਹਿਲਾਂ ਦਾਸ ਇੱਕ ਵਾਰਾਂ ਪੰਗਤੀ ਉਚਾਰਨ ਕਰੇਗਾ, ਫਿਰ ਆਪ ਜੀ ਨੇ ਹਾਜ਼ਰੀ ਲਵਾਉਣੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ, ਕਬਹੂ ਨਾ ਛਾਡੈ ਖੇਤ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਜਿੱਥੇ ਤੁਸੀਂ ਤਨ ਕਰਕੇ ਬੈਠੇ ਹੋ, ਸਰੀਰ ਕਰਕੇ ਬੈਠੇ ਹੋ, ਉੱਥੇ ਸੁਰਤ ਕਰਕੇ ਵੀ ਹਾਜ਼ਰ ਹੋ। ਹੁਣ ਥੋੜ੍ਹਾ ਜਿਹਾ ਆਨੰਦ ਆਏਗਾ ਵਿਚਾਰਾਂ ਕਰਨ ਦਾ, ਕਿਉਂਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਇਹ ਬੜਾ ਲਾਜ਼ਮੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਆਰੰਭ ਕਰਨ ਤੋਂ ਪਹਿਲਾਂ ਮੈਂ ਅਦੀਨਾ ਬੇਗ ਦੇ ਕੁਝ ਬਚਨ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਹੁਣ ਇਕੱਲਾ ਜੀਵਨ ਹੀ ਆਪਾਂ ਸਾਂਝਾ ਨਹੀਂ ਜੇ ਕਰਨਾ, ਉਹਨਾਂ ਦੇ ਜੀਵਨ ਦੇ ਮੁਤਲਕ ਅੱਜ ਦੇ ਸਮੇਂ ਦੇ ਵਿੱਚ ਜਿਹੋ ਜਿਹਾ ਸਮਾਂ ਜਾ ਰਿਹਾ, ਜਿਹੋ ਜਿਹੇ ਹਾਲਾਤ ਚੱਲ ਰਹੇ ਨੇ, ਇਹਨੂੰ ਵੀ ਸਾਹਮਣੇ ਰੱਖ ਕੇ ਅਸੀਂ ਉਹਨਾਂ ਦੇ ਜੀਵਨ ਤੋਂ ਕੁਝ ਪ੍ਰੇਰਨਾ ਲੈਣੀ ਹੈ। ਕਿਉਂਕਿ ਜਿਹੋ ਜਿਹੇ ਸਮੇਂ ਤੋਂ ਆਰੰਭਤਾ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀ, ਜੇ ਅਸੀਂ ਥੋੜ੍ਹਾ ਜਿਹਾ ਪੰਥ ਵੱਲ ਝਾਤੀ ਮਾਰ ਕੇ ਦੇਖੀਏ ਅੱਜ ਦੇ ਸਮੇਂ ਦੇ ਵਿੱਚ ਤਾਂ ਹਾਲਤ ਉਦਾਂ ਦੀ ਖੜੀ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ 12 ਮਿਸਲਾਂ ਜਿਹੜੀਆਂ ਮਿਸਲਾਂ ਦੇ ਅਧੀਨ ਵੰਡਿਆ ਹੋਇਆ ਆਪੋ ਆਪਣੇ ਧੜੇ ਦੇ ਮੁਤਾਬਕ ਜਾਂ ਮਿਸਲਾਂ ਤੱਕ ਹੀ ਸੀਮਤ ਸੀ, ਅੱਜ ਵੀ ਝਾਤੀ ਮਾਰ ਕੇ ਦੇਖੀਏ ਪੰਥ ਦੇ ਵਿੱਚ ਬਹੁਤੀਆਂ ਸ਼੍ਰੇਣੀਆਂ, ਬਹੁਤੀਆਂ ਜਮਾਤਾਂ ਜਾਂ ਜਿਹੜੇ ਬਹੁਤੇ ਧਾਰਮਿਕ ਅਦਾਇਰੇ ਨੇ, ਬਹੁਤੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ,
ਅੱਜ ਵੀ ਹਾਲਤ ਕਰੀਬ ਕਰੀਬ ਉਦਾਂ ਦੀ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਫਰਕ ਕਿੱਥੇ ਪੈ ਰਿਹਾ ਹੈ? ਫਰਕ ਪੈ ਰਿਹਾ ਤੇ ਕੇਵਲ ਉਸ ਯੋਧੇ ਦੇ ਜੀਵਨ ਕਰਕੇ ਪੈ ਰਿਹਾ ਕਿ ਉਸ ਸਮੇਂ ਮਹਾਨ ਯੋਧਾ ਜਰਨੈਲ ਸੂਰਬੀਰ ਪੰਜਾਬ ਦੀ ਧਰਤੀ ਜਿਹੜਾ ਅੱਜ ਕੱਲ੍ਹ ਇਧਰਲੇ ਪਾਸੇ ਨੇ ਦੂਜੇ ਪਾਸੇ ਪੈਂਦਾ ਹੈ, ਉਸ ਜਗ੍ਹਾ ਦੇ ਉੱਪਰ ਪੈਦਾ ਹੋਇਆ ਹੈ। ਅਤੇ ਇਹ ਜਿਹੜਾ ਵੱਖੋ ਵੱਖਰੀਆਂ ਮਿਸਲਾਂ ਸਨ, ਪੰਥ ਦੀ ਤਾਕਤ ਜਿਹੜੀ ਅਲੱਗ ਅਲੱਗ ਹੋਈ ਸੀ, ਇਹਨੂੰ ਦੇਖਦਿਆਂ ਦੂਰ ਦ੍ਰਿਸ਼ਟੀ ਦੇ ਨਾਲ ਉਸ ਯੋਧੇ ਨੇ ਸਾਰੀ ਤਾਕਤ ਨੂੰ ਸਮੇਟਿਆ, ਇਕੱਠਾ ਕੀਤਾ ਹੈ। ਜੀਵਨ ਤੁਸੀਂ ਉਹਨਾਂ ਦੀ ਬਰਸੀ ਮਨਾਉਂਦੇ ਹੋ, ਕਈ ਵਾਰਾਂ ਪਹਿਲਾਂ ਵੀ ਸੁਣਿਆ ਹੋਵੇਗਾ, ਜਿਹੜੀਆਂ ਪਹਿਲਾਂ ਕਥਾਵਾਂ ਸੁਣੀਆਂ ਨੇ, ਜਿਹੜੀਆਂ ਪ੍ਰਚਲਿਤ ਨੇ, ਮੈਂ ਕੋਸ਼ਿਸ਼ ਕਰਾਂ ਕਿ ਉਧਰਲੇ ਪਾਸੇ ਮੈਂ ਨਾ ਜਾਵਾਂ। ਪਰ ਜਿੱਧਰ ਤੁਹਾਡਾ ਧਿਆਨ ਨਹੀਂ ਹੈ, ਜਿਹੜੀਆਂ ਕੁਝ ਲੁਕੀਆਂ ਹੋਈਆਂ ਗੱਲਾਂ ਨੇ, ਉੱਧਰ ਜ਼ਰੂਰ ਯਤਨ ਕਰਾਂਗਾ ਕਿ ਉਹਨਾਂ ਦੇ ਬਾਰੇ ਤੁਹਾਨੂੰ ਅਤੇ ਮੈਨੂੰ ਪਤਾ ਲੱਗ ਸਕੇ। ਅਦੀਨਾ ਬੇਗ ਦੇ ਸਮੇਂ ਦੇ ਅੰਦਰ ਇੱਕ ਵਾਰ ਇਹਨੂੰ ਜ਼ਰੂਰਤ ਪਈ, ਲੋੜ ਪਈ, ਜਦੋਂ ਜਲੰਧਰ ਦੀ ਧਰਤੀ ਦੇ ਉੱਪਰ ਰਹਿਣ ਵਾਲੇ ਇਹਦੇ ਚਚੇਰੇ ਭਰਾਵਾਂ ਨੇ ਇਹਦੇ ਉੱਪਰ ਹਮਲਾ ਕਰਕੇ ਚਲਾਕੀ ਦੇ ਨਾਲ, ਚਤੁਰਾਈ ਦੇ ਨਾਲ ਇਹਦਾ ਰਾਜ ਭਾਗ ਜਿਹੜਾ ਸੀ ਨਾ, ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਅਤੇ ਇਹ ਖਾਲਸਾ ਪੰਥ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਕਿ ਮੈਂ ਸੁਣਿਆ ਹੈ ਤੁਹਾਡੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਨੇ, ਜੋ ਸ਼ਰਨ ਆਵੈ ਅਤੇ ਸਕੰਠ ਲਾਵੈ ਇਹ ਬਿਰਦ ਸੁਆਮੀ, ਅਤੇ ਹੁਣ ਤੁਸੀਂ ਖਾਲਸਾ ਪੰਥ ਗੁਰੂ ਦਾ ਰੂਪ ਹੋ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਅਤੇ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਬੇਨਤੀ ਹੈ ਕਿ ਮੇਰਾ ਰਾਜ ਭਾਗ ਮੇਰੇ ਚਚੇਰੇ ਭਰਾਵਾਂ ਨੇ ਖੋਹ ਲਿਆ ਚਲਾਕੀ ਦੇ ਨਾਲ, ਅਤੇ ਤੁਸੀਂ ਇਹਦੀ ਸਾਰੀ ਜਾਣਕਾਰੀ ਲੈ ਸਕਦੇ ਹੋ, ਇਸ ਲਈ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਉਹ ਰਾਜ ਭਾਗ ਮੈਨੂੰ ਵਾਪਸ ਦਿੱਤਾ ਜਾਵੇ। ਮੈਂ ਆਉਣਾ ਜੀਵਨ ਵਾਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ, ਥੋੜ੍ਹਾ ਜਿਹਾ ਸਮਾਂ ਤੁਹਾਡਾ ਲੈਣਾ, ਪਰ ਇਧਰਲੇ ਪਾਸੇ ਤਾਂ ਜੋ ਲੜੀ ਜਿਹੜੀ ਜੁੜ ਜਾਵੇ ਅਤੇ ਗੱਲ ਅੱਜ ਦੀ ਵੀ ਸਮਝ ਦੇ ਵਿੱਚ ਆ ਜਾਵੇ। ਅਦੀਨਾ ਬੇਗ ਦੀ ਇਸ ਬੇਨਤੀ ਦੇ ਬਾਰੇ ਖਾਲਸਾ ਪੰਥ ਨੇ ਵਿਚਾਰ ਕੀਤੀ, ਮਤਾ ਕੀਤਾ, ਗੁਰਮਤਾ ਕੀਤਾ। ਗੁਰਮਤਾ ਕਰਨ ਤੋਂ ਬਾਅਦ 1000 ਦੇ ਕਰੀਬ ਖਾਲਸਾ ਇਹਦੇ ਨਾਲ ਭੇਜਿਆ ਗਿਆ, ਸਿੰਘ ਭੇਜੇ ਗਏ, ਅਤੇ ਇਹਦੇ ਚਚੇਰੇ ਭਰਾਵਾਂ ਦੇ ਨਾਲ ਜੰਗ ਹੋਈ। ਗੁਰੂ ਦੀ ਬਖਸ਼ਿਸ਼ ਰਹਿਮਤ ਹੋਈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਆਖਰ ਨੂੰ ਸੱਚ ਦਾ ਡੰਕਾ ਵਜਿਆ, ਫਤਿਹ ਹੋਈ। ਅਤੇ ਜਦੋਂ ਫਤਿਹ ਹੋਈ ਨਾ, ਅਤੇ ਇਸ ਫਤਿਹ ਦੇ ਵਿੱਚ ਇੱਕ ਬਾਅਦ ਦੇ ਵਿੱਚ ਬੜੀ ਵੱਡੀ ਇਹਨੇ ਕਹਿ ਲਈਏ ਕਿ ਇੱਕ ਪਾਰਟੀ ਰੱਖੀ, ਇੱਕ ਜਸ਼ਨ ਰੱਖਿਆ, ਜਿਹਦੇ ਵਿੱਚ ਖਾਲਸਾ ਪੰਥ ਨੂੰ ਵੀ ਆਮੰਤਰਣ ਭੇਜਿਆ ਗਿਆ ਕਿ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਰਾਜ ਭਾਗ ਮਿਲਿਆ ਹੈ, ਅਤੇ ਤੁਸੀਂ ਕਿਰਪਾ ਕਰਕੇ ਆਓ ਅਤੇ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਾਂਗਾ। ਅਤੇ ਜਦੋਂ ਇਹਦੇ ਬਣਾਏ ਹੋਏ, ਇਹਦੇ ਸਜਾਏ ਹੋਏ ਦਰਬਾਰ ਦੇ ਵਿੱਚ ਖਾਲਸਾ ਪੰਥ ਪਹੁੰਚਦਾ ਹੈ, ਉਸ ਸਮੇਂ ਦੇ ਵਿੱਚ ਜਿਹੜੇ ਆਗੂ ਸਨ ਜਦੋਂ ਪਹੁੰਚੇ ਨੇ, ਅਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੀ ਇਹਨਾਂ ਦੀ ਉਮਰ ਜਿਹੜੀ ਸੀ ਬਹੁਤ ਛੋਟੀ ਸੀ, ਜਾਂ ਹਲੇ ਇਹ ਉਸ ਸਮੇਂ ਦੇ ਅੰਦਰ ਕਹਿ ਲਈਏ ਇਹਨਾਂ ਦੇ ਬਜ਼ੁਰਗ ਮੌਜੂਦ ਸਨ, ਉਸ ਵੇਲੇ ਅਦੀਨਾ ਬੇਗ ਨੇ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਆਓ ਭਗਤ ਜੀ ਆਇਆਂ ਵੈਲਕਮ ਕੀਤਾ, ਅਤੇ ਕੁਝ ਸ਼ਬਦ ਕਹੇ ਸਿਫਤ ਦੇ ਵਿੱਚ। ਮੈਂ ਬੇਨਤੀ ਕਰਾਂ ਤੁਹਾਡੀ ਸਿਫਤ ਦੇ ਵਿੱਚ ਕੁਝ ਸ਼ਬਦ ਕਹੇ ਅਦੀਨਾ ਬੇਗ ਨੇ, ਕੋਈ ਸਿੱਖ ਦੀ ਸ਼ਬਦ ਸਿਫਤ ਦੇ ਵਿੱਚ ਆਖੇ ਤਾਂ ਗੱਲ ਕੁਝ ਹੋਰ ਹੁੰਦੀ ਹੈ, ਕਿਸੇ ਹੋਰ ਧਰਮ ਵਾਲਾ ਕੋਈ ਸਿਫਤ ਕਰੇ ਤਾਂ ਫਿਰ ਗੱਲ ਉਹਦੇ ਵਿੱਚ ਥੋੜ੍ਹਾ ਜਿਹਾ ਮਜ਼ਾ ਆਉਂਦਾ, ਆਨੰਦ ਆਉਂਦਾ ਹੈ। ਅਦੀਨਾ ਬੇਗ ਨੇ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਇਹ ਜਿਹੜਾ ਭੋਜਨ ਰੱਖਿਆ ਸੀ ਇਹ ਛਕਾਇਆ, ਬੜਾ ਅਦਬ ਸਤਿਕਾਰ ਕੀਤਾ। ਇਹਦੇ ਤੋਂ ਬਾਅਦ ਇਹ ਆਖਦਾ, ਮੈਂ ਤੁਹਾਡੀ ਸਿਫਤ ਦੇ ਵਿੱਚ ਕੁਝ ਚੰਦ ਸਤਰਾਂ ਕਹਿਣੀਆਂ ਚਾਹੁੰਦਾ ਵਾਂ। ਖਾਲਸਾ ਪੰਥ ਨੇ ਆਖਿਆ, ਅਦੀਨਾ ਬੇਗ ਕਹਿ ਇਜਾਜ਼ਤ ਹੈ, ਅਤੇ ਬਚਨ ਧਿਆਨ ਦੇ ਨਾਲ ਸੁਣਨਾ। ਅਦੀਨਾ ਬੇਗ ਨੇ ਬੜੇ ਪਿਆਰ ਦੇ ਨਾਲ ਹੱਥ ਜੋੜੇ ਨੇ, ਗਲ ਦੇ ਵਿੱਚ ਪੱਲਾ ਪਾਇਆ, ਅਤੇ ਸ਼ਬਦ ਸ਼ੁਰੂ ਕੀਤਾ, ਕਹਿਣ ਲੱਗਾ, ਆਹੋ ਧੰਨ ਗੁਰ ਪੰਥ ਮਹਾਨ, ਉਹ ਗੁਰੂ ਦਾ ਖਾਲਸਾ ਪੰਥ ਜੀ ਤੁਸੀਂ ਧੰਨ ਹੋ, ਮੋਹੇ ਦੀਨ ਪਰ ਕਰਿਓ ਅਹਿਸਾਨ। ਹੁਣ ਅਰਥ ਕਰਨ ਦੀ ਲੋੜ ਨਹੀਂ, ਸ਼ਬਦ ਸੌਖੇ ਸਮਝ ਦੇ ਵਿੱਚ ਆਉਣ ਵਾਲੇ ਨੇ। ਕਹਿਣ ਲੱਗਾ, ਮੋਹੇ ਦੀਨ ਪਰ ਗਿਓ ਕਰਿਓ ਅਹਿਸਾਨ, ਗਈ ਹਕੂਮਤ ਫੇਰ ਦਿਵਾਈ ਸ਼ਰਨ ਪਰੇ ਕੀ ਲਾਜ ਰਖਾਈ। ਤੁਸੀਂ ਮੇਰੇ ਉੱਪਰ ਵੱਡਾ ਅਹਿਸਾਨ ਕੀਤਾ, ਮੈਨੂੰ ਗਈ ਹਕੂਮਤ ਜਿਹੜੀ ਸੀ ਦੁਬਾਰਾ ਦਵਾ ਦਿੱਤੀ ਹੈ, ਸ਼ਰਨ ਪਏ ਦੀ ਮੇਰੀ ਲਾਜ ਰੱਖੀ ਹੈ। ਅਤੇ ਅਗਲੇ ਜਿਹੜੇ ਬਚਨ ਕੀਤੇ ਇਹਨੇ, ਕਹਿਣ ਲੱਗਾ, ਬਿਕਰਮ ਸਮ ਬੀਰ ਨਿਡਰ ਸਮ ਐ ਸਿਕੰਦਰ, ਦੇਗ ਤੇਗ ਕੇ ਧਨੀ ਮਰਦ, ਤੁਸੀਂ ਵੱਡੇ ਹੋ ਦੇਗ ਦੇ ਵੀ ਅਤੇ ਤੇਗ ਦੇ ਵੀ,
ਤੁਹਾਡੀ ਤੇਗ ਦੇ ਅੱਗੇ ਵੀ ਕੋਈ ਨਹੀਂ ਜੇ ਅੜ ਸਕਦਾ, ਤੇ ਦੇਗਾਂ ਤਾਂ ਤੁਹਾਡੀਆਂ ਜਿਹੜੀਆਂ ਨੇ ਜੁਗੋ ਜੁਗ ਅਟਲ, ਕੋਈ ਵੈਰੀ ਆ ਜਾਵੇ ਉਹਨੂੰ ਵੀ ਬਿਠਾ ਕੇ ਪਰਮ ਮਿੱਤਰ ਦੀ ਤਰ੍ਹਾਂ ਛਕਾਉਂਦੇ ਹੋ। ਦੇਗ ਤੇਗ ਕੇ ਮਰਦ ਗਰਦ ਛਤਰਨ ਕੇ ਕਤਰ ਕਰਤਾ, ਗਰਦ ਸ਼ਤਰੁਣ ਕੇ ਕਰਦਾ, ਅਤੇ ਸ਼ਤਰੂਆਂ ਨੂੰ ਗਰਦ ਦੀ ਤਰ੍ਹਾਂ ਧੂੜੀ ਦੀ ਤਰ੍ਹਾਂ ਉਡਾ ਦੇਣ ਵਾਲੇ ਹੋ। ਕਹਿਣ ਲੱਗਾ ਤੁਸੀਂ ਮੇਰੇ ਉੱਪਰ ਬੜਾ ਵੱਡਾ ਆਸਾਨ ਕੀਤਾ ਹੈ, ਪਰ ਹੁਣ ਆ ਸ਼ਬਦ ਜਿਹੜਾ ਅੱਗੇ ਧਿਆਨ ਦੇਣਾ, ਜਦੋਂ ਸ਼ਿਫਤ ਕਰਦੇ ਹਾਂ ਵਡਿਆਈ ਕਰਦੇ ਹਾਂ ਨਾ, ਕਿ ਤੁਸੀਂ ਬਿਕਰਮ ਰਾਜਾ ਬਿਕਰਮਾਦਿੱਤ ਦੀ ਤਰ੍ਹਾਂ ਵੱਡੇ ਜਿਗਰੇ ਵਾਲੇ ਹੋ ਅਤੇ ਸਿਕੰਦਰ ਦੀ ਤਰ੍ਹਾਂ ਨਿਡਰ ਹੋ, ਬੜੇ ਵੱਡੇ ਵੱਡੇ ਗੁਣ ਨੇ ਤੁਹਾਡੇ ਵਿੱਚ। ਇਹ ਗੁਣ ਸਾਰੇ ਬਿਆਨ ਕਰਨ ਤੋਂ ਬਾਅਦ ਫਿਰ ਅੱਗੇ ਗੱਲ ਆਖਦਾ ਪਰ ਕਹਿਣ ਤੋਂ ਬਾਅਦ ਇਹ ਦੀਨਾ ਬੇਗ ਚੁੱਪ ਹੋ ਗਿਆ, ਕੁਝ ਨਾ ਬੋਲਿਆ। ਅਤੇ ਖਾਲਸਾ ਪੰਥ ਹੁਣ ਜਿਵੇਂ ਕੁਝ ਸਮੇਂ ਵਾਸਤੇ ਆਪ ਜੀ ਸੁਣ ਰਹੇ ਹੋ ਕਿ ਅੱਗੇ ਕੀ ਗੱਲ ਹੋਈ, ਜਦੋਂ ਕੁਝ ਸਮੇਂ ਬਾਅਦ ਨਾ ਬੋਲਿਆ ਤਾਂ ਖਾਲਸਾ ਪੰਥ ਨੇ ਆਖਿਆ ਦੀਨਾ ਬੇਗ ਪਰ ਤੇ ਭਾਵ ਤੂੰ ਦੱਸਣਾ ਚਾਹੁੰਦਾ ਕਿ ਸਾਡੇ ਵਿੱਚ ਕੋਈ ਔਗਣ ਵੀ ਹੈ, ਕੋਈ ਕਮੀ ਵੀ ਹੈ। ਕਹਿਣ ਲੱਗਾ ਮੈਂ ਕਹਿਣਾ ਤਾਂ ਚਾਹੁੰਦਾ ਪਰ ਮੈਨੂੰ ਤੁਹਾਡੇ ਤੋਂ ਡਰ ਵੀ ਆਉਂਦਾ ਹੈ। ਕਹਿਣ ਲੱਗੇ ਡਰਨਾ, ਖਾਲਸਾ ਪੰਥ ਬੜਾ ਦਿਲਦਾਰ ਹੈ, ਜੋ ਤੇਰੇ ਦਿਲ ਵਿੱਚ ਆਉਂਦਾ ਕਹਿ ਸਾਨੂੰ ਦੱਸ, ਜੇ ਕੋਈ ਕਮੀ ਹੈ ਸਾਨੂੰ ਵੀ ਪਤਾ ਲੱਗੇ। ਅਤੇ ਇਹਦੇ ਤੋਂ ਬਾਅਦ ਇਹਨੇ ਅੱਗੇ ਫਿਰ ਇਹ ਕਵਿਤਾ ਸ਼ੁਰੂ ਕੀਤੀ। ਕਹਿਣ ਲੱਗਾ ਪਰ ਮੈਂ ਮੰਨਦਾ ਕਿ ਤੁਸੀਂ ਬਹੁਤ ਵੱਡੇ ਹੋ, ਬੜੇ ਮਹਾਨ ਹੋ ਅਤੇ ਬੜੀਆਂ ਵੱਡੀਆਂ ਮੱਲਾਂ ਮਾਰਨ ਵਾਲੇ ਹੋ। ਅਗਲਾ ਸ਼ਬਦ ਜਿਹੜਾ ਇਹਨੇ ਪਰ ਕਹਿਣ ਤੋਂ ਬਾਅਦ ਆਖਿਆ ਨਾ, ਕਹਿਣ ਲੱਗਾ ਦੀਨ ਬੇਗ ਕਹਿ ਗੁਣ ਜਿਉਂ ਤੁਮ ਲਾਖ ਮਨ ਮਾਹੀ। ਦੀਨ ਬੇਗ ਕਹਿ ਗੁਣ ਜਿਉਂ ਲਾਖ ਤੁਮ ਮਾਹੀ, ਜਿਵੇਂ ਲੱਖਾਂ ਗੁਣ ਤੁਹਾਡੇ ਵਿੱਚ ਮੌਜੂਦ ਨੇ ਨਾ, ਪਰ ਇੱਕ ਔਗਣ ਬੜਾ ਵੱਡਾ ਜੇ, ਉਹ ਔਗਣ ਨੂੰ ਧਿਆਨ ਦੇ ਵਿੱਚ ਰੱਖਣਾ ਖਾਲਸਾ ਜੀ। ਉਹ ਔਗਣ ਅੱਜ ਸਾਡੀ ਕੌਮ ਨੂੰ ਲੈ ਕੇ ਬੈਠਾ ਹੈ। ਅਤੇ ਪੁੱਛਿਆ ਕਹਿ ਤੂੰ ਡਰਨਾ, ਚਿੰਤਾ ਨਾ ਕਰ, ਤੈਨੂੰ ਕੋਈ ਕੁਝ ਨਹੀਂ ਆਖੇਗਾ। ਅਤੇ ਦੀਨ ਬੇਗ ਅੱਗੇ ਆਖਦਾ, ਕਹਿਣ ਲੱਗਾ ਪਰ ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ। ਤੁਹਾਡੇ ਵਿੱਚ ਇੱਕ ਬੇ ਇਤਫਾਕੀ ਵਾਲਾ ਐਬ ਬੜਾ ਵੱਡਾ ਹੈ, ਇਹ ਬੜਾ ਵੱਡਾ ਔਗਣ ਹੈ ਤੁਹਾਡੇ ਵਿੱਚ। ਤੁਹਾਡੇ ਵਿੱਚ ਆਪਸ ਦੇ ਵਿੱਚ ਏਕਤਾ ਨਹੀਂ ਹੈ। ਅੱਗੇ ਜਿਹੜਾ ਸ਼ਬਦ ਉਹਨੇ ਆਖਿਆ, ਕਹਿਣ ਲੱਗਾ ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ। ਤੁਹਾਡੇ ਵਿੱਚ ਵੱਡਾ ਔਗਣ ਪਤਾ ਕੀ ਹੈ, ਇੱਕ ਇੱਕ ਬਣਿਓ ਚਹਿਤ ਪਾਤਸ਼ਾਹ ਸਿੰਘ ਸੁਤੰਤਰ, ਅੱਗਾ ਤੁਮਰਾ ਸ਼ੇਰ ਪਿੱਛਾ ਸਿਆਰਨ ਕਾ ਤੰਤਰ। ਅੱਗੇ ਜੀਤਤ ਦੇਸ਼, ਅੱਗੇ ਬੜੀ ਦੂਰ ਦੂਰ ਤੱਕ ਮੱਲਾਂ ਮਾਰਦੇ ਹੋ, ਬੜੀਆਂ ਜਿੱਤਾਂ ਪ੍ਰਾਪਤ ਕਰਦੇ ਹੋ, ਪਰ ਪਿੱਛੇ ਨਹੀਂ ਸੰਭਾਰਤ, ਪਰ ਪਿੱਛੇ ਸੰਭਾਲਣੀ ਜੇ ਕਰਦੇ। ਕਾਰਨ ਕੀ ਹੈ ਕਿ ਰਾਜਨੀਤ ਕੀ ਰੀਤ ਦਾਓ ਘਾਓ ਨਹੀਂ ਵਿਚਾਰਤ। ਤੁਸੀਂ ਰਾਜਨੀਤੀ ਦੇ ਦਾਓ ਘਾਓ ਇਹਨਾਂ ਦੀ ਵਿਚਾਰ ਨਹੀਂ ਜੇ ਕਰਦੇ। ਇਹੀ ਕਾਰਨ ਕਿ ਤੁਹਾਡਾ ਅਸਲ ਦੇ ਵਿੱਚ ਇੰਨੀ ਤਾਕਤ ਹੁੰਦਿਆਂ ਹੋਇਆਂ ਵੀ, ਇੰਨਾ ਬਲ ਹੁੰਦਿਆਂ, ਇੰਨੇ ਗੁਣ ਹੁੰਦਿਆਂ ਹੋਇਆਂ ਵੀ ਤੁਹਾਡਾ ਬੋਲਬਾਲਾ ਨਹੀਂ। ਅਤੇ ਇਹ ਬਚਨ ਜਦੋਂ ਕੰਨਾਂ ਦੇ ਵਿੱਚ ਪਏ ਸਨ ਨਾ ਚੜ੍ਹਦ ਸਿੰਘ ਦੇ, ਇਹ ਥੋੜ੍ਹਾ ਜਿਹਾ ਹੁਣ ਮੈਂ ਪਿਛੋਕੜ ਦੇ ਵਿੱਚ ਜਾ ਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਦਰਬਾਰ ਸਤਿਗੁਰੂ ਨੇ ਕਿਰਪਾ ਕੀਤੀ, ਅੰਮ੍ਰਿਤ ਪਾਨ ਕਰਾਇਆ ਨਾ, ਅਤੇ ਇਸ ਵੇਲੇ ਇੱਕ ਨੌਜਵਾਨ ਸਿੱਖ ਵੀ ਚੱਲ ਕੇ ਆਇਆ ਸੀ, ਜਿਹਦਾ ਨਾਮ ਇਤਿਹਾਸ ਦੇ ਵਿੱਚ ਬੁੱਧਾ ਮੱਲ ਕਰਕੇ ਆਉਂਦਾ ਹੈ। ਪਿਛੋਕੜ ਕੀ ਹੈ, ਮਹਾਰਾਜਾ ਰਣਜੀਤ ਸਿੰਘ ਪਿੱਛੋਂ ਕਿਸ ਖਾਨਦਾਨ ਤੋਂ ਨੇ। ਅਤੇ ਇਸ ਬੁੱਧਾ ਮੱਲ ਨੇ ਆਖਿਆ, ਮਹਾਰਾਜ ਕਿਰਪਾ ਕਰੋ, ਮੈਨੂੰ ਵੀ ਆਪਣੇ ਪੰਥ ਵਿੱਚ ਸ਼ਾਮਿਲ ਕਰੋ, ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ, ਮੇਰਾ ਵੀ ਸਿਰਲੇਖੇ ਦੇ ਵਿੱਚ ਲੱਗੇ। ਅੰਮ੍ਰਿਤ ਪਾਨ ਕਰਨ ਤੋਂ ਬਾਅਦ ਇਹਦਾ ਨਾਮ ਪੈ ਗਿਆ। ਸੁਭਾਵਿਕ ਹੈ, ਜਿਵੇਂ ਤੁਸੀਂ ਜਾਣਦੇ ਹੋ ਕਿ ਬਾਅਦ ਦੇ ਵਿੱਚੋਂ ਸਿੰਘ ਸ਼ਬਦ ਨਾਲ ਜੁੜਦਾ, ਨਾਮ ਬਣ ਗਿਆ ਇਹਦਾ ਫਿਰ ਬੁੱਧ ਸਿੰਘ। ਅਤੇ ਬੁੱਧ ਸਿੰਘ ਦੇ ਕੋਲ ਇੱਕ ਘੋੜੀ ਹੁੰਦੀ ਸੀ ਜਿਹੜੀ ਬਹੁਤ ਹੀ ਚੰਚਲ, ਚਤੁਰ ਅਤੇ ਚਲਾਕ, ਬੜੀ ਤੇਜ਼ ਚਾਲ ਵਾਲੀ। ਅਤੇ ਇਹਨੇ ਆਪਣੀ ਘੋੜੀ ਦੇ ਨਾਲ ਚਨਾਬ ਅਤੇ ਜੇਹਲਮ ਨੂੰ ਘੱਟੋ ਘੱਟ 50 ਵਾਰਾਂ ਆਰ ਪਾਰ ਕੀਤਾ ਘੋੜੀ ਦੇ ਸਮੇਤ। ਅਤੇ ਇਹਦਾ ਨਾਮ ਹੀ ਅਸਲ ਦੇ ਵਿੱਚ ਦੇਸਾਂ ਬੁੱਧ ਸਿੰਘ ਕਰਕੇ ਪੈ ਗਿਆ ਸੀ, ਕਿਉਂਕਿ ਘੋੜੀ ਦਾ ਨਾਮ ਸੀ ਦੇਸਾਂ ਅਤੇ ਇਹਦਾ ਨਾਮ ਸੀ ਬੁੱਧ ਸਿੰਘ, ਅਤੇ ਨਾਮ ਪੈ ਗਿਆ ਦੇਸਾਂ ਬੁੱਧ ਸਿੰਘ। ਅਤੇ ਜਦੋਂ ਇਹ ਸ਼ਹੀਦ ਹੋਇਆ ਨਾ, ਪਿਛੋਕੜ ਤੋਂ ਮੈਂ ਆਰੰਭ ਕਰ ਰਿਹਾ, ਜਦੋਂ ਇਹ ਸ਼ਹੀਦ ਹੋਇਆ, ਇਤਿਹਾਸਕਾਰ ਲਿਖਦੇ ਨੇ ਕਿ ਇਹਦੇ ਸਰੀਰ ਦੇ ਉੱਪਰ ਮੁਗਲਾਂ ਦੇ ਨਾਲ ਦੋ ਹੱਥ ਕਰਦਿਆਂ ਜੰਗ ਕਰਦਿਆਂ 40 ਨਿਸ਼ਾਨ ਇਹਦੇ ਸਰੀਰ ਦੇ ਉੱਪਰ ਨੇਜਿਆਂ ਦੇ, ਭਾਲਿਆਂ ਦੇ, ਕਿਰਪਾਨਾਂ ਦੇ, ਤੀਰਾਂ ਦੇ, ਬਰਸ਼ਿਆਂ ਦੇ ਸਰੀਰ ਦੇ ਉੱਪਰ 40 ਫੱਟ ਲੱਗੇ ਹੋਏ ਸੀ।
ਤੇ ਪ੍ਰਿੰਸੀਪਲ ਸਤਵੀਰ ਸਿੰਘ ਨੇ 43 ਲਿਖੇ ਨੇ ਕਿ ਇਹਨੇ ਫੱਟ ਸਰੀਰ ਦੇ ਉੱਪਰ ਗੱਲ ਕੀ ਕਿ ਸਰੀਰ ਛੰਨੀ ਛੰਨੀ ਹੋਇਆ ਪਿਆ, ਜੰਗ ਦੇ ਮੈਦਾਨ ਦੇ ਵਿੱਚ ਯੋਧਾ ਸੂਰਬੀਰ ਜੰਗ ਦੇ ਮੈਦਾਨ ਦੇ ਵਿੱਚ ਲੜਿਆ। ਅੱਗੇ ਇਹਦੇ ਘਰ ਦੇ ਵਿੱਚ 4 ਪੁੱਤਰ ਇਹਦੇ ਹੁੰਦੇ ਨੇ, 4 ਪੁੱਤਰ ਜਿਨ੍ਹਾਂ ਦੇ ਵਿੱਚ ਇੱਕ ਨਾਮ ਪਹਿਲਾਂ ਚੜ੍ਹਤ ਸਿੰਘ ਕਰਕੇ ਆਉਂਦਾ ਹੈ, ਅਤੇ ਚੜ੍ਹਤ ਸਿੰਘ ਤੋਂ ਬਾਅਦ ਇਹ ਅੱਗੇ ਜਿਹੜੀ ਕੁੱਲ ਚੱਲਦੀ ਹੈ। ਮੈਂ ਤੁਹਾਡੇ ਸਾਹਮਣੇ ਬੇਨਤੀ ਕਰਾਂ, ਖਿਮਾ ਕਰਨਾ, ਮੇਰਾ ਨਾਮ ਥੋੜ੍ਹਾ ਜਿਹਾ ਵਿਸਰਦਾ ਪਿਆ। ਇਹਦੇ ਤੋਂ ਬਾਅਦ ਇਹਦੇ ਅੱਗੇ 2 ਪੁੱਤਰ ਹੁੰਦੇ ਨੇ ਜਿਹਦਾ ਨਾਮ ਇੱਕ ਚੰਦਾ ਸਿੰਘ ਕਰਕੇ ਆਉਂਦਾ ਅਤੇ ਦੂਸਰਾ ਨੋਧ ਸਿੰਘ ਕਰਕੇ ਆਉਂਦਾ ਹੈ। ਚੰਦਾ ਸਿੰਘ ਆ ਜਿਹੜਾ ਸੰਧਾ ਵਾਲੀ ਹੈ ਪਰਿਵਾਰ, ਜਿਹੜਾ ਇੱਧਰ ਰਿਆਸਤ ਦਾ ਮਾਲਕ ਬਣਿਆ, ਇਹਦੇ ਤੋਂ ਚੱਲੀ ਫਿਰ ਰਿਆਸਤ। ਅਤੇ ਨੋਧ ਸਿੰਘ ਜਿਹੜਾ ਸੀ ਇਹਨੇ ਸ਼ੁਕਰ ਚੱਕੀ ਹੈ, ਇੱਕ ਥੇ ਵਸਾਇਆ ਇੱਧਰ ਗੁਜਰਾਂ ਵਾਲੇ ਦੇ ਨੇੜੇ, ਬਿਲਕੁਲ ਇੱਕ ਸ਼ੁਕਰ ਚੱਕੀਆ ਥੇ ਵਸਾਇਆ, ਜਿਹਦੇ ਵਿੱਚ ਇਹਨੇ 30 ਨੌਜਵਾਨ ਆਪਣੀ ਮਿਸਾਲ ਦੇ ਵਿੱਚ, ਆਪਣੀ ਮਿਸਲ ਦੇ ਵਿੱਚ ਭਰਤੀ ਕੀਤੇ। ਅਤੇ 30 ਨੌਜਵਾਨ ਭਰਤੀ ਕਰਨ ਤੋਂ ਬਾਅਦ ਸਮਝ ਲਓ ਕਿ ਉਸ ਵੇਲੇ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਸੀ, ਆਜ਼ਾਦ ਖਾਲਸਾ ਪੰਥ ਦੀ, ਆਜ਼ਾਦ ਦੇਸ਼ ਦੀ ਨੀਂਹ ਰੱਖੀ ਗਈ ਸੀ। ਉਹ ਸ਼ੁਕਰ ਚੱਕੀਆ ਥੇ ਤੋਂ ਚੜ੍ਹਤ ਸਿੰਘ ਉਹ ਸੂਰਬੀਰ ਯੋਧਾ, ਉਹ ਯੋਧਾ ਮਹਾਨ। ਇਹਦੇ ਤੋਂ ਅੱਗੇ ਨੋਧ ਸਿੰਘ ਦੇ ਘਰ ਦੇ ਵਿੱਚ 4 ਪੁੱਤਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਦਾ ਨਾਮ ਚੜ੍ਹਤ ਸਿੰਘ, ਦੂਜੇ ਦਾ ਨਾਮ ਚੇਤ ਸਿੰਘ ਅਤੇ ਤੀਜੇ ਦਾ ਨਾਮ ਮਾਘੀ ਸਿੰਘ ਕਰਕੇ ਹੋਰ ਇਤਿਹਾਦਿਕ ਨਾਮ ਆਉਂਦੇ ਨੇ। ਅਤੇ ਚੜ੍ਹਤ ਸਿੰਘ ਜਿਹੜਾ ਸੀ ਨਾ, ਜਦੋਂ ਨੋਧ ਸਿੰਘ ਚੜ੍ਹਾਈ ਕਰ ਗਿਆ, ਇਹਦੇ ਤੋਂ ਬਾਅਦ ਜਿਹੜੀ ਮਿਸਲ ਦੀ ਕਮਾਨ ਸੀ ਇਹ ਸੰਭਾਲੀ ਹੈ ਚੜ੍ਹਤ ਸਿੰਘ ਨੇ। ਅਤੇ ਚੜ੍ਹਤ ਸਿੰਘ ਦਾ ਜੀਵਨ ਬੜਾ ਉੱਚਾ ਸੁੱਚਾ ਸੀ, ਗੁਰੂ ਦੇ ਉੱਪਰ ਭਰੋਸਾ ਰੱਖਣ ਵਾਲਾ ਇਹ ਗੁਰੂ ਕਾ ਪਿਆਰਾ ਸਿੱਖ। ਅਤੇ ਇਹਨੇ ਇੱਕ ਗੱਲ ਲਾਜ਼ਮੀ ਕਰ ਦਿੱਤੀ ਕਿ ਜਿਹਨੇ ਸਾਡੀ ਮਿਸਲ ਦੇ ਵਿੱਚ ਭਰਤੀ ਹੋਣਾ ਹੈ ਉਹਦੇ ਲਈ ਅੰਮ੍ਰਿਤਪਾਨ ਕਰਨਾ ਬੜਾ ਲਾਜ਼ਮੀ। ਸ਼ਰਤ ਰੱਖ ਦਿੱਤੀ ਕਿ ਜਿਹਨੇ ਸਾਡੀ ਮਿਸਲ ਦੇ ਵਿੱਚ ਆ ਕੇ ਭਰਤੀ ਹੋਣਾ ਉਹਦੇ ਲਈ ਅੰਮ੍ਰਿਤਪਾਨ ਕਰਨਾ ਬੜਾ ਲਾਜ਼ਮੀ। ਅਤੇ ਜਦੋਂ ਅੰਮ੍ਰਿਤ ਛਕਾਇਆ ਕਰਦਾ ਸੀ ਪੰਜਾਂ ਦੇ ਵਿੱਚ ਆਪ ਸ਼ਾਮਿਲ ਹੋਇਆ ਕਰਦਾ ਸੀ, ਇਹੋ ਜਿਹਾ ਉੱਚੇ ਸੁੱਚੇ ਜੀਵਨ ਵਾਲਾ ਗੁਰੂ ਕਾ ਸਿੱਖ। ਅਤੇ ਕੁੱਪਰ ਹੇੜੇ ਦੀ ਧਰਤੀ, ਆਪ ਜੀ ਨੂੰ ਪਤਾ ਹੈ ਕਿ ਇੱਧਰ ਦਰਰਾਏ ਖੈਬਰ ਵਾਲੇ ਪਾਸਿਓਂ ਅਬਦਾਲੀ ਕਈ ਵਾਰਾਂ ਚੜ੍ਹ ਕੇ ਆਇਆ ਪੰਜਾਬ ਦੀ ਧਰਤੀ, ਪੰਜਾਬ ਤੋਂ ਇੱਧਰ ਹਿੰਦੁਸਤਾਨ ਵਾਲੇ ਪਾਸੇ, ਇਹਨੂੰ ਕੋਈ ਰੋਕਣ ਵਾਲਾ ਨਹੀਂ ਸੀ। ਪਰ ਇਹ ਗੁਰੂ ਕਾ ਲਾਲ, ਗੁਰੂ ਕਾ ਸੂਰਮ ਉੱਠਿਆ ਭਾਈ ਚੜ੍ਹਤ ਸਿੰਘ, ਜਿਹਨੇ ਅਬਦਾਲੀ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਮੂੰਹ ਭੰਨਿਆ, ਅਤੇ ਕੁੱਪਰ ਹੇੜੇ ਦੀ ਧਰਤੀ ਜਿੱਥੇ ਸਾਡਾ ਵੱਡਾ ਘੱਲੂਘਾਰਾ ਵਾਪਰਿਆ ਹੈ, ਵੱਡੀ ਗਿਣਤੀ ਦੇ ਵਿੱਚ ਜਿੱਥੇ 3000 ਤੋਂ ਵੀ ਵੱਧ ਗਿਣਤੀ ਦੇ ਵਿੱਚ ਸਿੱਖ ਸ਼ਹੀਦ ਹੋਏ ਨੇ, ਕਿਉਂਕਿ ਚਲਾਕੀ ਦੇ ਨਾਲ ਹਮਲਾ ਕੀਤਾ ਸੀ। ਉਸ ਕੁੱਪਰ ਹੇੜੇ ਦੀ ਧਰਤੀ ਦੇ ਉੱਪਰ ਕਦੀ ਚੜ੍ਹਤ ਸਿੰਘ ਨੇ ਅਬਦਾਲੀ ਨੂੰ ਲਲਕਾਰਿਆ ਸੀ, ਅਬਦਾਲੀ ਜੇ ਤੇਰੀਆਂ ਬਾਹਾਂ ਦੇ ਵਿੱਚ ਦਮ ਹੈ ਤਾਂ ਫਿਰ ਬਗਾਨੇ ਪੁੱਤਰ ਕਿਉਂ ਮਰਵਾਨਾ, ਆ ਦੇਖ ਤੈਨੂੰ ਚੜ੍ਹਤ ਸਿੰਘ ਲਲਕਾਰਦਾ ਪਿਆ ਏ, ਆ ਮੇਰੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਮੁਕਾਬਲਾ ਕਰ, ਬਗਾਨੇ ਪੁੱਤ ਕਿਉਂ ਮਰਵਾਨਾ ਪਿਆ ਸੀ, ਇੱਕ ਦੂਜੇ ਦੇ ਨਾਲ ਦੇਖ ਲਈਏ, ਇਹ ਸਾਡਾ ਵਿਰਸਾ, ਇਹ ਸਾਡੇ ਬਜ਼ੁਰਗ ਨੇ ਪਿਛੋਕੜ। ਹੁਣ ਆਹ ਖਾਨਦਾਨ ਦੇ ਵਿੱਚੋਂ ਆ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਜੀ, ਸ਼ੇਰੇ ਪੰਜਾਬ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਖੈਰ, ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਨੇ ਚੜ੍ਹਤ ਸਿੰਘ ਜੀ। ਇਹਨਾਂ ਤੋਂ ਬਾਅਦ ਇਹ ਜਿਹੜੀ ਕਮਾਨ ਸੀ ਸ਼ੁਕਰ ਚੱਕੀਆ ਮਿਸਰ ਦੀ, ਮਹਾਂ ਸਿੰਘ ਨੇ ਸੰਭਾਲੀ। 2 ਪੁੱਤਰ ਹੋਏ ਇਹਨਾਂ ਦੇ ਵੀ ਅੱਗੇ, ਅਤੇ ਮਹਾਂ ਸਿੰਘ ਦਾ ਅੱਗੇ ਪੁੱਤਰ ਹੁੰਦਾ ਏ ਗੁਜਰਾਂ ਵਾਲੇ ਦੀ ਧਰਤੀ, ਸੰਨ 1740 ਵਾਲਾ ਦਿਨ, ਅਤੇ ਮਾਤਾ ਰਾਜ ਕੌਰ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ, ਜਿਹਨੂੰ ਅਸੀਂ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਖਦੇ ਹਾਂ, ਗੁਜਰਾਂ ਵਾਲੇ ਦੀ ਧਰਤੀ ਉਹਨਾਂ ਦਾ ਜਨਮ ਹੁੰਦਾ ਪਿਆ ਹੈ। ਅਤੇ ਜਿਸ ਵੇਲੇ ਜਨਮ ਹੋਇਆ ਨਾ, ਉਸ ਵੇਲੇ ਪਹਿਲੇ ਜੰਗ ਦੇ ਮੈਦਾਨ ਦੇ ਵਿੱਚ ਮਹਾਂ ਸਿੰਘ, ਇਹਨੇ ਕਈ ਮੱਲਾਂ ਮਾਰੀਆਂ, ਇਹਦੀ ਵੀ ਜੈਜਾਕਾਰ, ਕਈ ਚੜ੍ਹਤ ਹੋਈ ਅਤੇ ਇਹਦਾ ਵੀ ਨਾਮਣਾ, ਬੜੀਆਂ ਮੱਲਾਂ ਮਾਰੀਆਂ। ਖੈਰ, ਮੈਂ ਨੇੜੇ ਕਰਾਂ ਇਤਿਹਾਸ, ਸਮਾਂ ਬਹੁਤ ਥੋੜ੍ਹਾ ਹੈ। ਇਹਦੇ ਤੋਂ ਬਾਅਦ ਜਦੋਂ ਇਹ ਗੁਜਰਾਤ ਵਾਲੇ ਪਾਸੇ ਗਿਆ, ਮਿਸਲਾਂ ਦੀ ਆਪਸੀ ਲੜਾਈ ਸੀ, ਹਾਲਾਂਕਿ ਜਦੋਂ ਇਹ ਗਿਆ ਗੁਜਰਾਤ ਵਾਲੇ ਪਾਸੇ ਤਾਂ 9 ਸਾਲ ਦਾ ਸੀ ਉਸ ਵੇਲੇ ਰਣਜੀਤ ਸਿੰਘ। ਅਤੇ ਇੱਕ ਹੋਰ ਬੇਨਤੀ ਕਰਾਂ, ਬਚਪਨ ਦੇ ਵਿੱਚ 5-7 ਸਾਲ ਦੀ ਉਮਰ ਸੀ ਸ਼ਾਇਦ ਰਣਜੀਤ ਸਿੰਘ ਦੀ, ਚੇਚਕ ਦੀ ਬਿਮਾਰੀ ਮਹਾਂਮਾਰੀ ਫੈਲੀ ਅਤੇ ਇਹਦੇ ਵਿੱਚ ਇਸ ਬੱਚੇ ਨੂੰ ਵੀ ਇਸ ਰੋਗ ਨੇ ਦੱਬਿਆ ਹੈ। ਅਤੇ ਜਦੋਂ ਇਸ ਰੋਗ ਨੇ ਦੱਬਿਆ ਨਾ, ਅਤੇ ਬਚਪਨ ਦੇ ਵਿੱਚ ਇੰਨਾ ਅਸਰ ਹੋਇਆ ਚੇਚਕ ਦੀ ਬਿਮਾਰੀ ਦਾ ਕਿ ਇੱਕ ਖੱਬੀ ਅੱਖ ਜਿਹੜੀ ਸੀ
ਇਸ ਬਾਲਕ ਦੀ ਚਲੀ ਗਈ ਅੱਖ ਦੇ ਵਿੱਚ ਰੋਸ਼ਨੀ ਨਾ ਰਹੀ ਜਾਂ ਬਿਲਕੁਲ ਛੋਟੀ ਪੈ ਗਈ। ਅਤੇ ਜਿਹੜੇ ਦੇਖਣ ਵਾਲੇ ਕਹਿਣ ਵਾਲੇ ਲੋਕ ਕਹਿੰਦੇ ਸੀ ਕਿ ਅਸੀਂ ਸੋਚਿਆ ਸੀ ਸਰਦਾਰ ਬਣੇਗਾ, ਮਿਸਲ ਦੀ ਅਗਵਾਈ ਕਰੇਗਾ ਜਿਵੇਂ ਬਜ਼ੁਰਗ ਕਰਦੇ ਰਹੇ, ਪਰ ਜਾਪਦਾ ਨਹੀਂ ਕਿ ਰਣਜੀਤ ਸਿੰਘ ਬਚੇਗਾ, ਇਹ ਕਮਜ਼ੋਰ ਜਿਹਾ ਬੱਚਾ ਹੁਣ ਅੱਗੇ ਕੀ ਕਰੇਗਾ। ਇੱਕ ਸਿੱਖ ਵਿਦਵਾਨ ਲਿਖਦਾ ਹੈ, ਕਹਿਣ ਲੱਗਾ ਜਿਹਨੂੰ ਤੁਸੀਂ ਕਮਜ਼ੋਰ ਆਖਦੇ ਹੋ, ਜਿਹਨੂੰ ਤੁਸੀਂ ਇੱਕ ਅੱਖ ਵਾਲਾ ਆਖਦੇ ਹੋ, ਤੁਹਾਨੂੰ ਪਤਾ ਨਹੀਂ ਹੈ ਦੁਨੀਆ ਦੇ ਲੋਕੋ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਅਫਗਾਨਿਸਤਾਨ ਤੱਕ, ਇੱਧਰੋਂ ਰਾਜਕੁਮਾਰੀ ਤੱਕ, ਬੜੀ ਦੂਰ ਦੂਰ ਤੱਕ ਤਿੱਬਤ, ਲੇਹ ਲਦਾਖ, ਇਹ ਸਾਰੀਆਂ ਥਾਵਾਂ 'ਤੇ ਖਾਲਸਾਈ ਨਿਸ਼ਾਨ ਚਲਾਉਣਾ ਹੈ। ਅਤੇ ਇਸ ਬਾਲਕ ਨੇ ਕਦੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਉਣਾ ਹੈ, ਅਤੇ ਇਹਨੇ ਕਦੀ ਖਾਲਸਾ ਰਾਜ ਸਥਾਪਿਤ ਕਰਨਾ ਹੈ। ਤੁਸੀਂ ਨਹੀਂ ਜੇ ਜਾਣਦੇ ਕਿ ਅਸਲ ਦੇ ਵਿੱਚ ਬੱਚੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਹੈ। ਖੈਰ ਮੈਂ ਬੇਨਤੀ ਕਰਾਂ, ਬਚਪਨ ਦੇ ਵਿੱਚ ਇਸ ਬਿਮਾਰੀ ਦੇ ਨਾਲ ਲੜ ਕੇ ਜੂਝ ਕੇ ਇਹ ਸੂਰਮਾ ਅੱਗੇ ਵਧਿਆ, ਅਤੇ ਇਤਿਹਾਸਕਾਰ ਲਿਖਦੇ ਨੇ ਕਿ ਇਹ ਪੜ੍ਹ ਨਹੀਂ ਸੀ ਸਕਿਆ, ਪੜ੍ਹਾਈ ਨਹੀਂ ਜੇ ਕੀਤੀ। ਪਰ ਪੜ੍ਹਾਈ ਨਹੀਂ ਜੇ ਕੀਤੀ ਤਾਂ ਅੰਦਾਜ਼ਾ ਲਾ ਕੇ ਦੇਖੋ, ਅੰਗਰੇਜ਼ ਵੀ ਸਿਫਤ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾਨਾ ਬੜਾ ਸੀ, ਸਿਆਣਾ ਬੜਾ ਸੀ, ਯੁੱਧ ਦੀ ਰਾਜਨੀਤੀ ਦੇ ਵਿੱਚ ਬੜਾ ਨਿਪੁੰਨ ਸੀ, ਗੱਲਬਾਤ ਦੇ ਵਿੱਚ ਬੜਾ ਸਿਆਣਾ ਸੀ। ਅੰਗਰੇਜ਼ ਜਿਹੜੇ ਨੂੰ ਉਹਨਾਂ ਦੀ ਸਿਫਤ ਵਡਿਆਈ ਕਰਦੇ ਨੇ, ਅਤੇ ਕਦੀ ਸਕੂਲ ਵੀ ਨਹੀਂ ਜੇ ਗਿਆ, ਅਤੇ ਅੰਦਾਜ਼ਾ ਲਾ ਕੇ ਦੇਖੀਏ ਇੰਨੀ ਕੁ ਉਮਰ ਦੇ ਵਿੱਚ ਉਹਨੇ ਕਦੋਂ ਸ਼ਸਤਰ ਵਿੱਦਿਆ ਲਈ ਅਤੇ ਕਿਸ ਢੰਗ ਦੇ ਨਾਲ ਲਈ। 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਮਾਨ ਸਿੰਘ ਦੇ ਨਾਲ ਗੁਜਰਾਤ ਇੱਧਰਲੇ ਪਾਸੇ ਮਿਸਲਾਂ ਦੀ ਲੜਾਈ ਦੇ ਵਿੱਚ ਇਹਨੇ ਜੰਗ ਦੇ ਮੈਦਾਨ ਦੇ ਵਿੱਚ ਹਿੱਸਾ ਲਿਆ ਅਤੇ ਜੋਹਰ ਦਿਖਾਏ ਨੇ। ਇੱਥੇ ਫਿਰ ਮਾਨ ਸਿੰਘ ਜਿਹੜਾ ਸੀ ਬਿਮਾਰ ਹੋਇਆ, ਚੰਗਾ ਖਾਣਾ ਨਾ ਮਿਲਣ ਕਰਕੇ ਬਿਮਾਰ ਹੋਣ ਤੋਂ ਬਾਅਦ ਇਹ ਵਾਪਸ ਪਰਤੇ ਆਇਆ, ਅਤੇ ਫਿਰ ਇੱਥੇ ਰਣਜੀਤ ਸਿੰਘ ਨੂੰ ਦਸਤਾਰ ਦੇ ਕੇ ਕਿ ਅੱਜ ਤੋਂ ਬਾਅਦ ਮਿਸਲ ਦੀ ਅਗਵਾਈ ਇਹ ਕਰੇਗਾ, ਅੱਜ ਤੋਂ ਬਾਅਦ ਜਥੇਦਾਰ ਸਰਦਾਰ ਇਹ ਹੋਏਗਾ। 9 ਸਾਲ ਦੀ ਉਮਰ ਦੇ ਵਿੱਚ ਇਹ ਜਥੇਦਾਰ ਬਣਿਆ, ਹੁਣ ਸਰਦਾਰ ਰਣਜੀਤ ਸਿੰਘ ਬਣਿਆ। ਅਤੇ ਪਹਿਲੀ ਜੰਗ ਜਿਹੜੀ ਲੜੀ ਹੈ, ਜੰਗ ਜਿੱਤ ਪ੍ਰਾਪਤ ਕੀਤੀ 9 ਸਾਲ ਦੀ ਉਮਰ ਦੇ ਵਿੱਚ, ਜੰਗ ਜਿੱਤ ਕੇ ਜਦੋਂ ਵਾਪਸ ਆਇਆ, ਇਹ ਖਬਰ ਸੁਣਦਿਆਂ ਸਰ ਮਾਨ ਸਿੰਘ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। ਇਹਦੇ ਤੋਂ ਬਾਅਦ ਅੱਗੇ ਇਤਿਹਾਸ ਚੱਲਦਾ, ਮਹਾਰਾਜਾ ਰਣਜੀਤ ਸਿੰਘ ਜਦੋਂ ਦੇਖਦਾ ਕਿ ਆਹ ਕਮਜ਼ੋਰੀ ਅਸਲ ਦੇ ਵਿੱਚ ਕੌਮ ਦੀ ਪੰਥ ਦੀ, ਅਤੇ ਕਈ ਵਾਰਾਂ ਦਰਬਾਰੇ ਖਾਲਸਾ ਬੁਲਾਇਆ ਕਿ ਅਬਦਾਲੀ ਚੜ੍ਹ ਕੇ ਆਉਂਦਾ, ਅਤੇ ਫਿਰ ਕਈ ਵਾਰਾਂ ਸ਼ਾਹ ਜਮਾਲ ਚੜ੍ਹ ਕੇ ਆਉਂਦਾ, ਇਹ ਆਪਣੀ ਮਰਜ਼ੀ ਦੇ ਨਾਲ ਲੁੱਟ ਕੇ ਲੈ ਕੇ ਜਾਂਦਾ, ਖਾਲਸਾ ਜੀ ਜੇ ਆਪਾਂ ਇਕੱਠੇ ਰਹੀਏ ਤਾਂ ਇਹਦੀ ਕੀ ਮਜ਼ਾਲ ਕਿ ਪੰਜਾਬ ਵਾਲੇ ਪਾਸੇ ਮੂੰਹ ਕਰ ਜਾਵੇ। ਅਤੇ ਹੁਣ ਮੈਂ ਬੇਨਤੀ ਕਰਾਂ, ਉਦੋਂ ਕੁਝ ਸਰਦਾਰਾਂ ਨੇ ਮੰਨਿਆ ਅਤੇ ਕਈਆਂ ਨੇ ਆਖਿਆ ਨਹੀਂ, ਉਹਦੀਆਂ ਤੋਪਾਂ ਦੇ ਅੱਗੇ ਕੌਣ ਕੌਣ ਅੜੇ, ਕੌਣ ਉਹਦੇ ਨਾਲ ਜੰਗ ਕਰੇ। ਬਹੁਤੇ ਜਿਹੜੇ ਸੀ ਪਿੱਛੇ ਹਟ ਗਏ, ਪਰ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਜੇ ਤੁਸੀਂ ਨਹੀਂ ਤਾਂ ਮੈਂ ਇਕੱਲਾ ਅੜਾਂਗਾ, ਮੈਂ ਇਕੱਲਾ ਆਪਣੇ ਮੁਲਕ ਦੀ ਆਪਣੇ ਦੇਸ਼ ਦੀ ਰਾਖੀ ਕਰਾਂਗਾ, ਜੇ ਤੁਸੀਂ ਆਉਣਾ ਤਾਂ ਆਓ, ਅਤੇ ਨਹੀਂ ਤਾਂ ਅੱਜ ਤੋਂ ਬਾਅਦ ਜਿਹੜੇ ਮੁਗਲ ਨੇ ਹੁਣ ਇੱਧਰਲੇ ਪਾਸੇ ਇਰਾਨੀ ਅਫਗਾਨੀ ਜਿਹੜੇ ਨੇ ਨਹੀਂ ਆਉਣਗੇ। ਅਤੇ ਫਿਰ ਪਹਿਲੀ ਵਾਰਾਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਲੜਿਆ ਅਤੇ ਇਹਨਾਂ ਨੂੰ ਭਾਜੜਾਂ ਪਾਈਆਂ ਨੇ, 3 ਵਾਰਾਂ ਸ਼ਾਹ ਜਮਾਲ ਜਿਹੜਾ ਇਹਦਾ ਪੋਤਰਾ ਅਬਦਾਲੀ ਦਾ ਪੋਤਰਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੰਗ ਹੁੰਦੀ ਹੈ, ਅਤੇ ਕਦੀ ਲਾਹੌਰ ਦੀ ਧਰਤੀ 'ਤੇ ਮਹਾਰਾਜਾ ਰਣਜੀਤ ਸਿੰਘ ਜਦੋਂ 3ਵਾਰਾਂ ਜੰਗ ਹੁੰਦੀ ਅਤੇ ਲਲਕਾਰਦੇ ਨੇ, ਕਹਿਣ ਲੱਗੇ ਅਬਦਾਲੀ ਦੇ ਪੋਤਰਿਆ, ਕਦੀ ਤੇਰੇ ਪਿਤਾ ਨੂੰ ਮੇਰੇ, ਕਦੀ ਤੇਰੇ ਦਾਦੇ ਨੂੰ ਕਦੀ ਮੇਰੇ ਦਾਦੇ ਨੇ ਇਸ ਮੈਦਾਨ ਦੇ ਵਿੱਚ ਲਲਕਾਰਿਆ ਸੀ, ਸਾਹਮਣੇ ਆ ਬਗਾਨੇ ਪੁੱਤ ਕਿਉਂ ਮਰਵਾਉਂਦਾ, ਅੱਜ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਲਲਕਾਰਦਾ ਪਿਆ ਏ ਕਿ ਆ ਮੇਰੇ ਨਾਲ ਸਾਹਮਣੇ ਸਾਹਮਣੇ ਆ ਕੇ ਦੋ ਹੱਥ ਕਰ, ਬਗਾਨੇ ਪੁੱਤ ਕਾਹਦੇ ਵਾਸਤੇ ਮਰਵਾਉਣਾ ਪਿਆ। ਅਤੇ ਸ਼ਾਹ ਜਮਾਲ ਜਿਹੜਾ ਕਿਲੇ ਦੇ ਵਿੱਚ ਬੈਠਾ ਅੰਦਰ ਬੈਠਾ ਡਰ ਗਿਆ ਸੀ, ਪਰਤ ਕੇ ਫਿਰ ਕਾਬਲ ਵਾਲੇ ਪਾਸੇ ਗਿਆ, ਅਤੇ ਫਿਰ ਛੇਤੀ ਕੀਤੇ ਇਹਨੇ ਇੱਧਰਲੇ ਪਾਸੇ ਮੂੰਹ ਨਹੀਂ ਸੀ ਕੀਤਾ। ਹੁਣ ਮੈਂ ਬੇਨਤੀ ਕਰਾਂ, ਇੱਧਰੋਂ ਲਾਹੌਰ ਤੋਂ ਫਿਰ ਪਰਤ ਕੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਚਿੱਠੀ ਭੇਜੀ ਮਹਾਰਾਜਾ ਰਣਜੀਤ ਸਿੰਘ ਨੂੰ, ਹਲੇ ਮਹਾਰਾਜਾ ਨਹੀਂ ਬਣਿਆ, 1801 ਦਾ ਸਮਾਂ। ਇਹਨਾਂ ਲੋਕਾਂ ਨੇ ਆਖਿਆ 3 ਸਰਦਾਰ ਨੇ ਇਸ ਇਲਾਕੇ ਦੇ, ਅਤੇ 3 ਜਿਹੜੇ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ, ਅਸੀਂ ਚਾਹੁੰਦੇ ਹਾਂ ਕਿ ਤੂੰ ਇੱਥੇ ਆ ਕੇ ਕਬਜ਼ਾ ਕਰੇ, ਤੇਰੇ ਰਾਜ ਦੇ ਵਿੱਚ ਸਾਨੂੰ ਸੁੱਖ ਆਨੰਦ ਆਜ਼ਾਦੀ ਦਾ ਨਿੱਘ ਮਿਲੇਗਾ। ਅਤੇ ਜਦੋਂ ਇਹ ਖਬਰ ਸੁਣੀ, ਚਿੱਠੀ ਪੜ੍ਹਾਈ, ਪਤਾ ਲੱਗਿਆ, ਅਤੇ ਇਹਦੇ ਕੋਲ ਜਿਹੜਾ ਰਹਿੰਦਾ ਸੀ ਫਕੀਰ ਅਜ਼ੀਜ਼ੂਦੀਨ, ਆਖਿਆ ਤੂੰ ਪਤਾ ਕਰਕੇ ਗੱਲਬਾਤ ਕੀ। ਪਤਾ ਲੱਗਿਆ ਲੋਕ ਸੱਚਮੁੱਚ ਦੁਖੀ ਨੇ, ਚਾਹੁੰਦੇ ਨੇ ਕਿ ਤੁਹਾਡਾ ਰਾਜ ਹੋਵੇ, ਤੁਸੀਂ ਇੱਥੇ ਆ ਕੇ ਕਬਜ਼ਾ ਕਰੋ। ਅਤੇ ਮਹਾਰਾਜਾ ਰਣਜੀਤ ਸਿੰਘ ਇੱਧਰਲੇ ਪਾਸੇ ਤੋਂ ਫਿਰ ਹਾਲੇ ਰਾਜਾ ਨਹੀਂ ਸੀ ਬਣਿਆ,
ਇਧਰਲੇ ਪਾਸੇ ਤੋਂ ਫਿਰ ਕੁਝ ਸਿੰਘਾਂ ਨੂੰ ਨਾਲ ਲੈ ਕੇ ਚੜ੍ਹਾਈ ਕਰਕੇ ਇੱਥੇ ਬੜਾ ਲੰਮਾ ਸਮਾਂ ਜਿਹੜਾ ਸੀ ਘੇਰਾ ਪਾਈ ਰੱਖਿਆ। ਇਹ ਪਹਿਲਾ ਜੰਗ ਸੀ 49 ਜੰਗਾਂ ਦੇ ਵਿੱਚੋਂ ਇੱਕ ਜੰਗ ਜਿਹੜੀ ਬਿਨਾਂ ਲੜਨ ਤੋਂ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਕਿਉਂਕਿ ਆਪਣੇ ਭਰਾਵਾਂ ਦੇ ਨਾਲ ਨਾਲ ਸੀ ਜੰਗ ਅਤੇ ਭਰਾਵਾਂ ਦੇ ਉੱਪਰ ਵਾਰ ਨਹੀਂ ਸੀ ਕਰਨਾ ਚਾਹੁੰਦਾ। ਅਤੇ ਇੱਥੇ ਮੈਂ ਬੇਨਤੀ ਕਰਾਂ ਰੁਕ ਕੇ, ਇਹਦੇ ਤੋਂ ਬਾਅਦ ਇੱਥੇ ਫਤਿਹਯਾਬ ਹੋਈ ਅਤੇ ਰਾਜਧਾਨੀ ਬਣਾਇਆ ਲਾਹੌਰ ਨੂੰ। ਫਿਰ ਸਾਰੀਆਂ ਮਿਸਲਾਂ ਜਿਹੜੀਆਂ ਇਕੱਠੀਆਂ ਹੋਈਆਂ ਅਤੇ ਇਹਨੂੰ ਖਿਤਾਬ ਦਿੱਤਾ ਗਿਆ। ਲੋਕ ਕਹਿਣ ਲੱਗ ਗਏ ਕਿ ਇਹ ਪੰਜਾਬ ਦਾ ਸ਼ੇਰ ਹੈ, ਪੰਜਾਬ ਦੇ ਸ਼ੇਰ ਦਾ ਖਿਤਾਬ। ਫਿਰ ਮਿਸਲਾਂ ਦੇ ਸਰਦਾਰ ਇਕੱਠੇ ਹੋ ਕੇ ਫਿਰ ਸਰਬੱਤ ਖਾਲਸਾ ਬਣਾਇਆ ਕਿ ਤੈਨੂੰ ਅਸੀਂ ਮਹਾਰਾਜਾ ਦਾ ਖਿਤਾਬ ਦੇਣਾ ਚਾਹੁੰਦੇ ਹਾਂ। ਅਤੇ ਇਹਨੇ ਪਹਿਲੀ ਵਾਰ ਇਨਕਾਰ ਕਰ ਦਿੱਤਾ, ਦੂਜੀ ਵਾਰ ਫਿਰ, ਜਦੋਂ ਤੀਜੀ ਵਾਰਾਂ ਆਖਿਆ ਤਾਂ ਮੰਨ ਗਿਆ। ਜਦੋਂ ਮਹਾਰਾਜਾ ਦਾ ਖਿਤਾਬ ਮਿਲਿਆ ਨਾ, ਅਤੇ ਲਾਹੌਰ ਦੀ ਧਰਤੀ 'ਤੇ ਐਸਾ ਕੋਈ ਗੁਰਦੁਆਰਾ ਨਹੀਂ ਸੀ ਜਿੱਥੇ ਅਖੰਡ ਪਾਠ ਇਹਦੇ ਰਾਜ ਦੀ ਸਲਾਮਤੀ ਦੇ ਲਈ ਨਾ ਹੋਇਆ ਹੋਵੇ। ਕੋਈ ਐਸਾ ਮੰਦਰ ਨਹੀਂ ਸੀ ਜਿੱਥੇ ਇਹਦੀ ਚੜ੍ਹਦੀ ਕਲਾ ਦੇ ਲਈ ਪ੍ਰਾਰਥਨਾ ਨਾ ਹੋਈ ਹੋਵੇ। ਇੱਥੋਂ ਤੱਕ ਕਿ ਕੋਈ ਐਸੀ ਮਸਜਿਦ ਨਹੀਂ ਸੀ ਜਿੱਥੇ ਮੁਲਾਣਿਆਂ ਨੇ ਐ ਖੁਦਾ ਰਣਜੀਤ ਸਿੰਘ ਨੂੰ ਸਿਹਤ ਯਾਬ ਬਖਸ਼ੀ, ਲੰਮੀ ਉਮਰ ਬਖਸ਼ੀ, ਇਹਦੇ ਰਾਜ ਭਾਗ ਦੇ ਵਿੱਚ ਅਸੀਂ ਸੁੱਖ ਨਿਘ ਮਾਣਾਂਗੇ ਆਜ਼ਾਦੀ ਦਾ। ਇਹ ਕਾਹਦੇ ਵਾਸਤੇ ਕਹਿੰਦੇ ਸਨ, ਹੁਣ ਮੈਂ ਥੋੜ੍ਹਾ ਜਿਹਾ ਬੇਨਤੀ ਕਰਕੇ ਸਮਾਪਤੀ ਕਰਾਂ, ਸਮਾਂ ਹੋ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਿਉਂ ਚਾਹੁੰਦੇ ਸੀ? ਮੁਸਲਮਾਨ ਵੀ ਚਾਹੁੰਦੇ ਸੀ ਕਿ ਅਸੀਂ ਇਹਦੇ ਰਾਜ ਦੇ ਵਿੱਚ ਸੁਖੀ ਹਾਂ, ਅਤੇ ਹਿੰਦੂ ਵੀ ਚਾਹੁੰਦੇ ਸੀ, ਅਤੇ ਸਿੱਖਾਂ ਵਾਲੇ ਪਾਸੇ ਤਾਂ ਚਲੋ ਗੱਲ ਹੀ ਵੱਖਰੀ ਕਿ ਸਾਡਾ ਰਾਜ ਭਾਗ ਹੋਵੇ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਜਿੱਥੇ ਗੁਰਦੁਆਰਿਆਂ ਨੂੰ ਧਨ ਦਿੱਤਾ ਗਿਆ, ਰਿਆਸਤਾਂ ਨਾਮ ਲਵਾਈਆਂ, ਉੱਥੇ ਮਸਜਿਦਾਂ ਦੇ ਨਾਮ ਵੀ ਧਨ ਲਗਵਾਇਆ ਗਿਆ, ਉੱਥੇ ਮੰਦਰਾਂ ਨੂੰ ਵੀ ਧਨ ਦਿੱਤਾ ਗਿਆ, ਰਿਆਸਤਾਂ ਦਿੱਤੀਆਂ ਗਈਆਂ। ਅਤੇ ਹੁਣ ਝਾਤੀ ਮਾਰ ਕੇ ਦੇਖੋ, ਜਦੋਂ ਮੁਗਲਾਂ ਦਾ ਰਾਜ ਸੀ ਅਤੇ ਮੁਗਲਾਂ ਦੇ ਰਾਜ ਦੇ ਵਿੱਚ ਮੰਦਰ ਢਾਏ ਗਏ ਅਤੇ ਮਸੀਤਾਂ ਬਣਾਈਆਂ ਗਈਆਂ, ਹੁਣ ਮੁਗਲਾਂ ਦੇ ਰਾਜ ਤੋਂ ਬਾਅਦ ਜਦੋਂ ਇਹਨਾਂ ਦਾ ਰਾਜ ਆਇਆ ਅਤੇ ਮਸੀਤਾਂ ਢਾਈਆਂ ਜਾ ਰਹੀਆਂ ਨੇ, ਮੰਦਰ ਬਣ ਰਹੇ ਨੇ। ਇੱਕ ਖਾਲਸੇ ਦਾ ਰਾਜ ਐਸਾ ਰਾਜ ਸੀ ਜਿਸ ਰਾਜ ਦੇ ਵਿੱਚ ਨਾ ਕੋਈ ਮੰਦਰ ਢਠਿਆ, ਨਾ ਕੋਈ ਮਸੀਤ ਢਾਈ ਗਈ, ਸਗੋਂ ਸਾਰਿਆਂ ਨੂੰ ਸਾਂਝੀ ਵਾਲਦਾ ਦਾ ਉਪਦੇਸ਼ ਦਿੱਤਾ ਗਿਆ, ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਬਹੁ ਪੱਖੀ ਹੈ। ਇਹਦੇ ਜਿਹੜੀ ਇਹਦੀ ਫੌਜ ਦੇ ਵਿੱਚ ਜਿਹੜੇ ਜਰਨੈਲ ਹੋਏ ਨੇ ਉਹਨਾਂ ਦਾ ਵੀ ਜੀਵਨ ਬੇਸ਼ਮਾਲ, ਉਹਨਾਂ ਦਾ ਵੀ ਜੀਵਨ ਜਦੋਂ ਅਸੀਂ ਸੁਣਾਂਗੇ, ਜਿਵੇਂ ਇੱਕ ਜੋਰਾਵਰ ਸਿੰਘ ਕਰਕੇ ਨਾਮ ਆਉਂਦਾ, ਹਰੀ ਸਿੰਘ ਨਲੂਆ ਕਰਕੇ ਨਾਮ ਆਉਂਦਾ, ਅਕਾਲੀ ਫੂਲਾ ਸਿੰਘ ਵਰਗੇ ਜਰਨੈਲਾਂ ਦਾ ਤੁਸੀਂ ਜਾਣਦੇ ਹੋ, ਇਸੇ ਢੰਗ ਦੇ ਨਾਲ ਹੋਰ। ਅਤੇ ਮੈਂ ਬੇਨਤੀ ਕਰਾਂ, ਅਖੀਰ ਵਾਲੇ ਜਿਹੜੇ ਸ਼ਬਦ ਸਨ ਜਦੋਂ ਬਰਸੀ ਆਪਾਂ ਮਨਾ ਰਹੇ ਹਾਂ ਨਾ, ਅਖੀਰ ਵਾਲੇ ਸ਼ਬਦ ਧਿਆਨ ਦੇ ਵਿੱਚ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ, ਕਈ ਮੱਲਾਂ ਮਾਰੀਆਂ ਬਹੁਤ ਦੂਰ ਦੂਰ ਤੱਕ ਖਾਲਸਾ ਜੀ। ਜਦੋਂ ਅੱਜ ਅਖੀਰ ਵਾਲਾ ਸਮਾਂ ਆਇਆ ਨਾ, ਜਦੋਂ ਇਸ ਬੁੱਢੇ ਸ਼ੇਰ ਨੂੰ ਲਿਆਉਂਦਾ ਗਿਆ ਸੋਨੇ ਦੀ ਪਾਲਕੀ ਦੇ ਵਿੱਚ ਬਿਠਾ ਕੇ, 101 ਤੋਪਾਂ ਦੇ ਗੋਲਿਆਂ ਦੇ ਨਾਲ ਸਲਾਮੀ ਦਿੱਤੀ ਗਈ, ਸਾਰਾ ਪਰਿਵਾਰ ਇਕੱਠਾ ਕੀਤਾ ਹੋਇਆ, ਅਤੇ ਨੇੜੇ ਬੁਲਾ ਕੇ ਦਰਬਾਰੀਆਂ ਨੂੰ ਉੱਚੀ ਆਵਾਜ਼ ਦੇ ਵਿੱਚ, ਇਹ ਬੁੱਢਾ ਸ਼ੇਰ ਹੁਣ ਚੰਗੀ ਤਰ੍ਹਾਂ ਬਹਿ ਨਹੀਂ ਸੀ ਸਕਦਾ, ਇਨਕਾਰ ਕੀਤਾ ਸੀ ਕਿ ਤੁਸੀਂ ਬਹਿ ਨਹੀਂ ਸਕਦੇ, ਸਰਾਣਿਆਂ ਦਾ ਸਹਾਰਾ ਲੈ ਕੇ ਬੈਠਿਆ। ਅਤੇ ਫਿਰ ਬੜੇ ਪਿਆਰ ਦੇ ਨਾਲ ਅਖੀਰ ਵਾਲੇ ਜਿਹੜੇ ਦੀ ਸਪੀਚ ਸੀ ਉਹ ਧਿਆਨ ਦੇ ਵਿੱਚ ਰੱਖਣ ਵਾਲੀ, ਇਹਨੇ ਆਪਣੇ ਨਾਲ ਸਾਰੇ ਦਰਬਾਰੀਆਂ ਨੂੰ ਅਹਿਲਕਾਰਿਆਂ ਨੂੰ ਕੋਲ ਬੁਲਾਇਆ, ਅਤੇ ਅਖੀਰ ਵਾਲੇ ਜਿਹੜੇ ਸ਼ਬਦ ਸੀ ਕਹਿਣ ਲੱਗਾ, ਖਾਲਸਾ ਪੰਥ ਦੇਖੋ, ਇੱਕ ਛੋਟੀ ਜਿਹੀ ਰਿਆਸਤ ਦੇ ਵਿੱਚੋਂ ਮੈਂ ਚੱਲਿਆ ਸੀ, ਧੰਨ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਜੀ ਦਾ ਓਟਾ ਆਸਰਾ ਲੈਂਦਿਆਂ ਹੋਇਆਂ, ਇਹ ਸਿੱਕਾ ਚਲਾਇਆ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦਾ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਫ ਤੇ ਅੱਜ ਨਾਨਕ ਗੁਰੂ ਗੋਬਿੰਦ ਸਿੰਘ, ਇਹ ਸਿੱਕਾ ਚਲਾਇਆ ਅਤੇ ਇਹ ਮੋਹਰ ਵੀ ਚਲਾਈ, ਅੱਜ ਤੁਹਾਡਾ ਖਾਲਸਾ ਪੰਥ ਦਾ ਨਿਸ਼ਾਨ ਦੇਖੋ ਬਹੁਤ ਦੂਰ ਦੂਰ ਤੱਕ ਝੁਲਦਾ ਪਿਆ, ਸਿਖਰਾਂ 'ਤੇ ਝੂਲਦਾ ਪਿਆ ਏ, ਇਹ ਸਾਰਾ ਕੁਝ ਹੋਇਆ ਤੁਹਾਡੀ ਏਕਤਾ ਦੇ ਨਾਲ। ਮੋਤੀ ਬਿਖਰੇ ਪਏ ਸੀ, ਮੋਤੀ ਦੀ ਕੀਮਤ ਹੁੰਦੀ ਹੈ, ਪਰ ਮੋਤੀਆਂ ਨੂੰ ਇਕੱਠੇ ਕਰਕੇ ਇੱਕ ਮਾਲਾ ਤਿਆਰ ਕੀਤੀ, ਅਤੇ ਉਹ ਮਾਲਾ ਅੱਜ ਖਾਲਸਾ ਪੰਥ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਸਿਖਰਾਂ ਦੇ ਉੱਪਰ ਚਮਕਦੀ ਪਈ ਹੈ। ਅਤੇ ਖਾਲਸਾ ਪੰਥ, ਮੇਰੀ ਬੇਨਤੀ ਇਹ ਕਿ ਇਸ ਮਾਲਾ ਨੂੰ ਅੱਜ ਤੋਂ ਬਾਅਦ ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਦੇ ਵਿੱਚ ਨਾ ਆਉਣ ਦੇਣਾ,
ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਦੇ ਵਿੱਚ ਆ ਗਈ ਤੇ ਇਸ ਮਾਲਾ ਨੂੰ ਤੋੜ ਤੋੜ ਕੇ ਮੋਤੀ ਵੱਖੋ ਵੱਖਰੇ ਕਰ ਦੇਵੇਗਾ ਤੇ ਫਿਰ ਸਾਡਾ ਕੀ ਹਾਲ ਹੋਏਗਾ? ਜਿਵੇਂ ਪਹਿਲਾਂ ਵੱਖੋ ਵੱਖਰੇ ਸੀ, ਖੁਆਰੀ ਸੀ ਜੀਵਨ ਦੇ ਵਿੱਚ, ਜੇ ਹੁਣ ਵੀ ਬਾਅਦ ਦੇ ਵਿੱਚ ਵੱਖੋ ਵੱਖਰੇ ਹੋਵਾਂਗੇ ਤੇ ਜੀਵਨ ਦੇ ਵਿੱਚ ਕੇਵਲ ਖੁਆਰੀ ਰਹਿ ਜਾਵੇ। ਤੇ ਹੁਣ ਮੈਂ ਬੇਨਤੀ ਕਰਾਂ, ਅਖੀਰ ਵੇਲੇ ਸਮਾਪਤੀ ਸਮਾਂ ਹੋ ਗਿਆ, ਥੋੜ੍ਹਾ ਜਿਹਾ 2-4 ਮਿੰਟ ਵੱਧ ਲਏ ਨੇ, ਖਿਮਾ ਦਾ ਜਾਚਕ ਹਾਂ। ਅੱਜ ਸਾਨੂੰ ਲੋੜ ਹੈ ਮਹਾਰਾਜਾ ਰਣਜੀਤ ਸਿੰਘ ਵਰਗੇ ਇਹਨਾਂ ਆਗੂਆਂ ਦੀ, ਜਿਹੜੇ ਇਸ ਪੰਥ ਨੂੰ ਬਿਖਰੇ ਹੋਏ ਨੂੰ ਵੱਖੋ ਵੱਖਰੀਆਂ ਜਮਾਤਾਂ ਨੂੰ ਇਕੱਠਾ ਕਰਕੇ ਇੱਕ ਪਲੈਟਫਾਰਮ ਦੇ ਉੱਪਰ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵਾਲੇ ਪਾਸੇ ਲੈ ਕੇ ਆਉਣ। ਗੁਰੂ ਕਿਰਪਾ ਕਰੇ, ਆਪ ਸਰਬੱਤ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਮਾਂ ਬਹੁਤ ਸੀਮਤ ਸੀ, ਸੀਮਤ ਸਮੇਂ ਦੇ ਵਿੱਚ ਮੈਂ ਥੋੜ੍ਹੀ ਜਿਹੀ ਤੇਜ਼ੀ ਦੇ ਨਾਲ ਤੁਹਾਡੇ ਸਾਹਮਣੇ ਵਿਚਾਰਾਂ ਰੱਖੀਆਂ ਨੇ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਮੈਂ ਧੰਨਵਾਦੀ ਹਾਂ। ਇੱਥੋਂ ਦੀ ਪ੍ਰਬੰਧਕ ਕਮੇਟੀ, ਯੰਗ ਮੈਨ ਐਸੋਸੀਏਸ਼ਨ, ਜਿਹੜੇ ਇਹ ਨੌਜਵਾਨ ਸੇਵਕ ਜਥਾ ਜਿਹੜਾ ਕਰਵਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ, ਗੁਰੂ ਕਿਰਪਾ ਕਰੇ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਇਹੋ ਜਿਹੇ ਯੋਧੇ ਜਿਹੜੇ ਛੁਪਦੇ ਜਾ ਰਹੇ ਨੇ, ਲੁਕਦੇ ਜਾ ਰਹੇ ਨੇ, ਜਿਹਨਾਂ ਨੇ ਖਾਲਸਾ ਪੰਥ ਦਾ ਸੂਰਜ ਸਿਖਰ ਦੇ ਉੱਪਰ ਪਹੁੰਚਾਇਆ, ਅੱਜ ਸਾਨੂੰ ਪ੍ਰਗਟ ਕਰਨ ਦੀ ਅਤੇ ਇਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਸੋ ਗੁਰੂ ਕਿਰਪਾ ਕਰੇ ਇਹੋ ਜਿਹੇ ਯੋਧਿਆਂ ਦਾ ਦਿਨ ਦਿਹਾੜੇ ਜ਼ਰੂਰ ਮਨਾਇਆ ਕਰੋ, ਤਾਂ ਜੋ ਖਾਲਸਾ ਪੰਥ ਪਰਤ ਕੇ ਆਪਣਾ ਵਿਰਸਾ ਸੰਭਾਲ ਕੇ ਆਪਣੇ ਪਹਿਲਾਂ ਵਾਲੇ ਵਜੂਦ ਦੇ ਵਿੱਚ ਆ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਾਰਿਆਂ ਦਾ ਧੰਨਵਾਦ। ਸਟੇਜ ਸਕੱਤਰ ਸਾਹਿਬ ਦਾ, ਜਿਨ੍ਹਾਂ ਨੇ ਇਹ ਸਮਾਂ ਦੇ ਕੇ ਤੁਹਾਡੇ ਦਰਸ਼ਨ ਕਰਾਏ ਨੇ, ਉਹਨਾਂ ਦਾ ਵੀ ਧੰਨਵਾਦ। ਸਰਬੱਤ ਸੰਗਤਾਂ ਦਾ ਧੰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਬੁਲਾਉਂਦੇ ਅਸੀਸ ਦਿਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਜੋਰੀ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ, ਬਹੁਤ ਗਿਆਨ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਇਤਿਹਾਸ ਦਾ। ਗਿਆਨੀ ਸਤਨਾਮ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਿਵਨਗਰ, ਮੈਂ ਇਹਨਾਂ ਦਾ ਸਿੱਖ ਯੰਗਮੈਨ ਐਸੋਸੀਏਸ਼ਨ ਵੱਲੋਂ, ਸਮੂਹ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਆਸ ਕਰਦਾ ਅੱਗੋਂ ਵੀ ਜਦੋਂ ਵੀ ਬੇਨਤੀ ਕਰਾਂਗੇ, ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸੰਗਤਾਂ ਨੂੰ ਗੁਰਮਤ ਵਿਚਾਰ ਕਥਾ ਵਿਚਾਰ ਸਰਵਣ ਕਰਾਉਣ ਵਾਸਤੇ ਤਤਪਰ ਤਿਆਰ ਬਰ ਤਿਆਰ ਰਹਿਣਗੇ। ਸਾਡੇ ਵਿਚਕਾਰ ਉੱਚੇਚੇ ਤੌਰ 'ਤੇ ਹਾਜ਼ਰੀ ਪਾਰੀ ਬੀਬੀ ਚਰਨਜੀਤ ਕੌਰ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ ਵੀਰ, ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਮੈਂ ਸਿੱਖ ਯੰਗਮੰਗ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ। ਭੈਣ ਜੀ ਦਾ ਟਾਈਮ ਤੇ ਪੋਸਟਰ 'ਚ ਨਹੀਂ ਸੀ, ਲੇਕਿਨ ਅਚਨਚੇਤ ਐਸਾ ਸੁਨੇਹਾ ਆਇਆ, ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਖਾਲਸਾ, ਉਹਨਾਂ ਨੇ ਕਿਹਾ ਮੈਨੂੰ ਮਾਫੀ ਦਿਓ ਅਤੇ ਮੈਂ ਆਪਣੀ ਜਗ੍ਹਾ ਭੈਣ ਜੀ ਨੂੰ ਭੇਜ ਰਿਹਾ, ਲੇਕਿਨ ਆਪ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰਨਾ, ਭੈਣ ਜੀ ਕੋਲ ਕੀਰਤਨ ਜਦੋਂ ਸੰਗਤਾਂ ਸਰਵਣ ਕਰਨਗੀਆਂ ਤਾਂ ਬਹੁਤ ਹੀ ਖੁਸ਼ ਹੋਣਗੀਆਂ, ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ਾਂ ਨੇ ਭੈਣ ਜੀ ਉੱਤੇ। ਸੋ ਮੈਂ ਬੇਨਤੀ ਕਰਨਾ ਬੀਬੀ ਚਰਨਜੀਤ ਕੌਰ ਜੀ ਖਾਲਸਾ, ਉਹ ਆਪ ਸਮੂਹ ਸੰਗਤਾਂ ਨੂੰ ਤਕਰੀਬਨ 1.25 ਘੰਟੇ ਵਾਸਤੇ, 50 ਮਿੰਟ ਵਾਸਤੇ ਗੁਰੂ ਕੀ ਲਾਈ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਾਉਣਗੀਆਂ। ਮੈਂ ਇੱਥੇ ਦੇਖ ਰਿਹਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤਿਲਕ ਨਗਰ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਜੀ, ਉਹ ਆਪਣੀ ਪੂਰੀ ਟੀਮ ਲੈ ਕੇ ਇੱਥੇ ਹਾਜ਼ਰੀ ਭਰ ਰਹੇ ਹਨ। ਸਰਦਾਰ ਰਣਜੀਤ ਸਿੰਘ ਜੀ ਬਿੰਦਰਾ, ਪ੍ਰਧਾਨ ਪੰਚਾਇਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 14 ਬਲਾਕ, ਸੰਗਤ ਸੇਵਾ ਦਲ ਦੇ ਪ੍ਰਧਾਨ ਕੰਵਲ ਸਰਦਾਰ ਕੰਵਲ ਨੈਣ ਸਿੰਘ ਜੀ ਮੋਖਾ, ਗੁਰੂ ਅੰਗਦ ਦੇਵ ਮੈਡੀਕਲ ਸੈਂਟਰ ਤੋਂ ਸੇਠੀ ਸਾਹਿਬ, ਇਹ ਸਾਰੇ ਮੇਰੇ ਵੀਰ ਇੱਥੇ ਹਾਜ਼ਰੀ ਭਰ ਰਹੇ ਹਨ। ਮੈਂ ਸਿੱਖ ਯੰਗਮੈਨ ਐਸੋਸੀਏਸ਼ਨ ਵੱਲੋਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਹਾਂ। ਬੜੀ ਖੁਸ਼ੀ ਹੈ ਕਿ ਅਸੀਂ ਰਲ ਮਿਲ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦਾ ਇਹ ਪ੍ਰੋਗਰਾਮ ਅਸੀਂ ਗੁਰਚਰਨਾਂ 'ਚ ਰਲ ਮਿਲ ਕੇ ਇਕੱਠੇ ਹੋ ਕੇ ਮਨਾ ਰਹੇ ਹਾਂ। ਮੈਂ ਭੈਣ ਜੀ ਨੂੰ ਬੇਨਤੀ ਕਰਦਾ ਕਿ ਬਿਨਾਂ ਦੇਰੀ ਕੀਤੇ ਕੀਰਤਨ ਦੀ ਆਰੰਭਤਾ ਕੀਤੀ ਜਾਵੇ।
गुरु का लंगर अटुट वरताया जाएगा। जिस माई भाई ने गुरु का लंगर छकना होए बार गुरु अंगद देव लंगर हाल दे जा के वो लंगर छक सकता है। आज का यह प्रोग्राम तकरीबन 11:30 बजे तक चलना है। इस तो बाद पंथ के महान कीर्तनीय भाई साहब भाई मनिंदर सिंह जी श्रीनगर बारे वो आप समूह संगतान को 1 घंटे वास्ते गुरु की लाई बाण दे अमृतमय कीर्तन सरवण कराएंगे। मैं बेनती करता हाँ, कल छुट्टी का दिहाड़ा है, जितों तक मेरी आवाज़ पहुँच रही होए क्योंकि संगत हाले भी घट ने, उम्मीद तो घट ने, मैं हाथ जोड़ के बेनती करता हाँ संगतान को कि जल्दी जल्दी गुरुद्वारा साहब विखे पहुँच के ये जीवन की घड़ियाँ सफलियाँ करनिया। स्टेट सैकटरियाँ कहना पैंदा निर्देश ने पिछों गुरमत दियाँ सानू उपदेशां मिलदियां। संत सुजान सिंह जी महाराज अपनी बाणी फुरमान करते सन, बंद पढ़ना है काम नासे का, बंद पढ़ना है काम नासे का, चाहे कोई सुने ना सुने, वक्त पे पेड़ फल देगा जरूर, चाहे कोई चुने ना चुने। ये जीवन की घड़ियाँ सफलियाँ करनियाँ। मैं एक बार फिर आप समूह संगतान को बेनती करता कि जल्दी से जल्दी गुरुद्वारा साहब विखे पहुँच के ये लाहा लो और गुरु चरना जुड़ के गुरु की लाई बाण दे अमृत में कीर्तन सरवण करिए। इस तो पहले भैन जी कीर्तन की आरंभता करन, आओ सारे एक जोरदार जयकारा ला के गुरु चरना चादरी लाइए। बोले सोनिहार, वाहेगुरु जी का खालसा, वाहेगुरु जी की फतेह।